ਪੱਕਾ ਮੋਰਚਾ ਲੱਗ ਗਿਆ, ਜਿੱਦਣ ਸਰਕਾਰ ਰਾਹ ਦਊਗੀ ਇੱਥੋਂ ਸਾਨੂੰ ਰਾਹ ਖੋਲ ਦੂ, ਅਸੀਂ ਦਿੱਲੀ ਜਾਣ ਵਾਲੀ ਗੱਲ ਤੇ ਕਾਇਮ ਆ, ਬੈਰੀਕੇਡ ਨਹੀਂ ਤੋੜੋਗੇ ਨਾ, ਟਕਰਾਅ ਪੈਦਾ ਕਰਕੇ ਬੁਲਟ ਦੀ ਰਿਸਕ ਤੇ ਨਹੀਂ ਹੋਵਾਂਗੇ ਵਧਾਂਗੇ, ਠੀਕ ਹੈ। ਅਸੀਂ ਅੰਦੋਲਨ ਲੜੇ ਆ, ਅੰਦੋਲਨ ਵਿੱਚ ਝੰਡਾ ਡੰਡਾ ਵਾ, ਹਲਕਾ ਫੁਲਕਾ ਤੁਹਾਡੇ ਤੇ ਪਾਣੀ ਮਾਰ ਦਿੰਦੀ ਕੋਈ ਗੱਲ ਨੀ, ਹੰਝੂ ਗੈਸ ਮਾੜਾ ਮੋਟਾ ਵੱਜ ਜਾਂਦਾ ਕੋਈ ਗੱਲ ਨੀ, ਹਲਕਾ ਫੁਲਕਾ ਲਾਠੀ ਚਾਰਜ ਹੁੰਦਾ ਇੰਨਾ ਝੱਲ ਲੈਂਦੇ ਆ, ਜਦੋਂ ਸਰਕਾਰ ਸਿੱਧੀ ਬੁਲਟ ਚਲਾਉਂਦੀ ਆ ਭਾਈ ਨਿਹੱਤੇ ਲੋਕਾਂ ਦਾ ਸਿੱਧੀਆਂ ਗੋਲੀਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਇਸ ਰਿਸਕ ਤੇ ਅਸੀਂ ਦਿੱਲੀ ਵੱਲ ਨੂੰ ਨਹੀਂ ਵਧਾਂਗੇ। ਔਰ ਜਦੋਂ ਸਰਕਾਰ ਇਹ ਰਾਹ ਖੋਲੂਗੀ ਉਦੋਂ, ਹੁਣ ਇਹ ਰਸਤਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ, ਅੱਜ ਸਾਡੀ ਪ੍ਰਸ਼ਾਸਨ ਹੈ ਕਿ ਅਸੀਂ ਰਾਹ ਰੋਕਿਆ, ਹੁਣ ਉਹਨਾਂ ਨੇ ਰੋਕਿਆ, ਹੁਣ ਜਦੋਂ ਅਸੀਂ ਰਾਹ ਇੱਥੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ, ਫਿਰ ਦਿੱਲੀ ਨੂੰ ਕੋਈ ਘੇਰ ਕੇ ਰੱਖਿਆ, ਅਸੀਂ ਤਾਂ ਕਹਿੰਦੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਸਾਡਾ ਭਾਈ ਤੁਹਾਨੂੰ ਅਪੀਲ ਆ ਵੀ ਦਿੱਲੀ ਵਾਲੇ ਰਾਹ ਸਾਰੇ ਖੋਲੋ, ਅਸੀਂ ਤਾਂ ਤੁਹਾਡੇ ਤੋਂ 250 ਕਿਲੋਮੀਟਰ ਦੇ ਆ, ਇਹ ਬਾਰਡਰਾਂ ਦੇ ਪਿੱਛੇ ਜਿੰਨੇ ਵੀ ਤੁਸੀਂ ਲਾਏ ਬੈਰੀਕੇਡ ਉਹ ਖੋਲ ਦਿਓ, ਹਰਿਆਣੇ ਦੇ ਵਿੱਚੋਂ 70,000 ਅਰਧ ਸੈਨਿਕ ਫੋਰਸ ਕੱਢ ਲਓ, ਕਿਉਂਕਿ ਸਾਡਾ ਤੇ ਲਾਣੇ ਅਸੀਂ ਬੈਠਾਂਗੇ, ਜਿੰਨਾ ਚਿਰ ਤੁਸੀਂ ਨਹੀਂ ਖੋਲੋਗੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਾਂਗੇ। ਇਹ ਹੁਣ ਇੱਥੋਂ ਅੰਦੋਲਨ ਚਾਹੇ ਉਹ ਮਹੀਨਾ ਰਹਿਣਾ ਖੁੱਲੇ, 2 ਮਹੀਨੇ, 6 ਮਹੀਨੇ, ਇੱਕ ਮੰਨੀਏ ਵੀ ਹੁਣ ਤੁਸੀਂ ਇੱਥੇ ਇੱਕ ਲੰਬਾ ਅੰਦੋਲਨ ਚਲਾਓਗੇ ਪਿਛਲੀ ਵਾਰ ਵਾਂਗ, ਬਿਲਕੁਲ ਇੱਥੋਂ ਇੱਕ ਲੰਬਾ ਅੰਦੋਲਨ ਚੱਲੂਗਾ, ਔਰ ਦੁਨੀਆਂ ਦੇ ਅੱਗੇ ਪੇਸ਼ ਕਰਾਂਗੇ ਵੀ ਜਿਹੜੀ ਪੰਜਾਬ ਦੀ ਅਰਧ ਵਿਵਸਥਾ ਦਾ ਨੁਕਸਾਨ ਕਰ ਰਹੀ ਹੈ ਤੇ ਕੇਂਦਰ ਕਰ ਰਿਹਾ, ਸਾਡੀਆਂ ਮੰਡੀਆਂ, ਸਾਡਾ ਬੜਾ ਵਪਾਰ ਆਉਣਾ ਜਾਣਾ, ਸਾਡੇ ਵਪਾਰੀ ਜਾਂ ਦਿੱਲੀ ਦੇ ਵਪਾਰੀ ਜਾਂ ਪੂਰੇ ਹਰਿਆਣੇ ਨੂੰ ਜਿਵੇਂ ਇੱਕ ਮਤਲਬ ਖੁੱਲੀ ਜੇਲ੍ਹ ਚ ਬਦਲਿਆ, ਇਹਦੇ ਲਈ ਸਰਕਾਰ ਜ਼ਿੰਮੇਵਾਰ, ਅਸੀਂ ਨਹੀਂ ਜ਼ਿੰਮੇਵਾਰ, ਅਸੀਂ ਤਾਂ ਫੈਸਲਾ ਕਰ ਲਿਆ ਵੀ ਅਸੀਂ ਬਹਿ ਗਏ ਭਾਈ, ਠੀਕ ਹੈ। ਅੱਗੇ ਦੀ ਕੋਈ ਰੂਪਰੇਖਾ ਕਿਸਾਨਾਂ ਤੱਕ ਪਹੁੰਚਾ ਦਿਓ। ਦੇਖੋ ਇੱਕ ਤਾਂ ਅੱਜ ਇੱਥੇ ਕੌਮਾਂਤਰੀ ਔਰਤ ਵਰਕਿੰਗ ਡੇ ਸੀਗਾ, ਅੱਜ ਤੁਸੀਂ ਵੇਖਿਆ ਕਿੱਡਾ ਵੱਡਾ ਇੱਥੇ ਇਕੱਠ ਹੋਇਆ,